ਸਤਿਕਾਲ, ਤੁਸੀਂ ਦੇਖ ਰਹੇ ਹੋ ਆਨਲਾਈਨ, ਮੈਂ ਹਾਂ ਚਰਨਜੀਤ ਜੋਸ਼ੀ। ਗਰਮੀ ਜਿਹੜੀ ਕਿ ਦਿਨੋ ਦਿਨ ਪੈਣ ਲੱਗ ਗਈ ਅਤੇ ਹਰ ਇੱਕ ਬੰਦੇ ਨੂੰ ਪਾਣੀ ਦੀ ਬੜੀ ਲੋੜ ਹੁੰਦੀ ਆ ਅਤੇ ਕਈ ਬੰਦੇ ਕਹਿੰਦੇ ਨੇ ਕਿ ਪੁਰਾਣੇ ਸਮਿਆਂ ਦੇ ਵਿੱਚ ਘੜਿਆਂ ਦੇ ਵਿੱਚ ਲੋਕ ਪਾਣੀ ਪੀਂਦੇ ਸੀ। ਤੁਹਾਨੂੰ ਮੈਂ ਪਟਿਆਲੇ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਾਰੀਗਰ ਹੈ ਜਿਹੜਾ ਕਿ ਰਾਜਸਥਾਨ ਤੋਂ ਆਉਂਦਾ ਅਤੇ ਜਿਹੜੇ ਘੜੇ ਹੈਗੇ ਆ ਅੱਗੇ ਰੈਪਰ ਦੇ ਰੂਪ 'ਚ ਬਣਾ ਰਿਹਾ ਵੀ ਅੱਗੇ ਟੂਟੀਆਂ ਲਾ ਕੇ ਗੜੇ ਕਾ ਪਾਣੀ ਪੀਣੇ ਕਾ ਅਸਰ ਕਿਆ ਮਤਲਬ ਕਿਆ ਲੋਕ ਤੋਂ ਕਹਿੰਦੇ ਨਾ ਵੀ ਆਰੋ ਕਾ ਪਾਣੀ ਪੀਓ ਜਾਂ ਫਿਲਟਰ ਵਾਟਰ ਪੀਓ, ਉਸਮੇ ਸੇ ਕਿਆ ਅਸਰ ਜੀ ਗੜੇ ਕਾ ਪੀਓ। ਲੋਕ ਪੈਸੇ ਲੈ ਕੇ ਦੇਤੇ ਲੇਕਿਨ ਪਾਣੀ ਪੀਣਾ ਚਾਹੀਏ ਗੜੇ ਕਾ ਤੋ। ਹਮੇਸ਼ਾ ਤੋ ਗੜੇ ਕਾ ਪਾਣੀ ਪੀਏਗੇ ਤੋ ਤੰਦਰੁਸਤੀ ਰਹਿਤਾ ਹੈ। ਕੋਈ ਆਪ ਚਾਹੇ ਗਰਮੀ ਮੇ ਵੋ ਚਾਹੇ ਇਕਦਮ ਬਾਹਰ ਸੇ ਭਾਗ ਦੌੜ ਕੇ ਆਓ ਤੋ ਮਟਕੇ ਕਾ ਪਾਣੀ ਪੀਓ, ਕੋਈ ਤਰ੍ਹਾਂ ਕੀ ਕੋਈ ਇਕਦਮ ਸਰਦੀ ਜ਼ੁਕਾਮ ਨਾ ਲਗੇ। ਪਾਣੀ ਗੜੇ ਕਾ ਤੋ ਪੀਨੇ ਕੇ ਬਹੁਤ ਅੱਛਾ ਸਵਾਦ ਰਹੇਗਾ ਇਸਕਾ। ਪਾਣੀ ਪੀਕੇ ਲੋਕ ਗੜੇ ਕਾ ਤੋ ਕੋਈ ਪੀਓ ਗੜਾ, ਪਾਣੀ ਪੀਓ ਗੜੇ ਕਾ ਹੀ ਮਜ਼ਾ ਆਏਗਾ, ਸਭ ਅੱਛੀ ਰਹੇਗੀ। ਆਪ ਕਿਸ ਕਿਸ ਉਸਮੇ ਬਣਾਤੇ ਹੋ ਆਪ ਯੇ ਵਾਂ ਤੇ ਬਣਾ ਕਰ ਲਾਤੇ ਹੈ ਯਹੀਂ ਆ ਕਰ ਬਣਾਤੇ ਹੈ? ਨਹੀਂ ਨਹੀਂ, ਗੜੇ ਤੋ ਹਮ ਲੋਗ ਰਾਜਸਥਾਨ ਸੇ ਲਾਤੇ, ਯਹਾਂ ਸੇ ਸਿਰਫ ਨਲ ਲਗਤਾ ਹੈ, ਫਿਟਿੰਗ ਇਜ਼ੀ ਨਹੀਂ ਕਰਤੇ ਹੈ ਬਾਕੀ। ਬਿਮਾਰੀ ਬਿਮਾਰੀ ਠੀਕ ਹੋ ਜਾਂਦੀ ਹੈ ਇਸੇ। ਹਾਂ ਤੰਦਰੁਸਤੀ ਕਰਕੇ ਤਾਂ ਪਾਣੀ ਮੁਝੇ ਕੋ ਤਾਂ ਮਾਲੂਮ ਨਹੀਂ ਹੈ ਸਰ, ਗੜੇ ਦਾ ਪਾਣੀ ਪੀਣਾ ਚਾਹੀਏ। ਵਾਪਸ ਮਤਲਬ ਵਾਪਸ ਆਏ ਹੈ ਮੈਂ ਮਿੱਟੀ ਦੇ ਬਰਤਨ ਨੰਬਰ ਸਰ ਵਾਪਸ ਆਏ ਹੈ, ਗੜੇ ਦਾ ਪਾਣੀ ਪੀਣਾ ਚਾਹੀਏ। ਕਿੰਨਾ 3 ਮਹੀਨਾ ਹੈ, 3.5 ਮਹੀਨਾ ਪਾਣੀ ਪੀਣਾ ਚਾਹੀਏ। ਅਭੀ ਸਰਦੀ ਮੇ ਨੋਰਮਲ ਹੋਤਾ ਹੈ, ਇਸਮੇ ਪਾਣੀ ਪੀਣਾ ਚਾਹੀਏ। ਅਰੇ ਕਹਤੇ ਨਾ ਅੱਜ ਕੱਲ੍ਹ ਕੇ ਬੱਚੋਂ ਕੋ ਕੁਛ ਪਤਾ ਨਹੀਂ ਹੈ ਘਰੋਂ ਕੇ ਬਾਰੇ। ਅਭੀ ਉਹ ਜੋ ਮੰਮੀ ਪਾਪਾ ਬੋਲੇਗਾ ਤੋ ਮਾਲੂਮ ਪੜੇਗਾ ਘੜੇ ਕਾ ਪਾਣੀ ਤਾਂ ਹਮ ਇਹ ਹਮਕੋ ਤੋ ਹਮਾਰਾ ਹਾਂ ਬਿਮਾਰੀ ਹੈ ਇਹ ਗੋਮ ਕਾ ਆਦਤ ਡਾਲੇਗਾ ਤੋ ਬੱਚੇ ਲੋਕ ਪੀਏਂਗੇ ਨਾ। ਅਭੀ ਹਮਕੋ ਥੋੜੀ ਪਤਾ ਕਿ ਭਈ ਇਹ ਹਮ ਬੱਚੇ ਕੋ ਬੋਲੇਂਗੇ ਭਈ ਕਿ ਭਈ ਘੜੇ ਕਾ ਪਾਣੀ ਪੀਣਾ ਚਾਹੀਏ। ਕਿਤਨਾ ਕਿਤਨਾ ਬੱਚਾ ਤਾਂ ਜਾਤੇ ਜਾਤੇ ਅਸੀਂ ਇਹ ਸਮੇਂ ਪੀ ਸਕਦੇ ਹਾਂ। ਹਾਂ ਕਰੀਬਨ ਥੋੜਾ ਬਹੁਤ ਬੱਚੇ ਹੈ ਤਾਂ ਹਮ ਲੋਕ ਇੱਕ ਵਪਾਰੀ ਉਸਕੋ ਦੇ ਕੇ ਚਲੇ ਜਾਤੇ, 100-150 ਬੱਚੇ ਹੈ, 2000-2000 ਪੀਸ ਲਾਤੇ, ਥੋੜਾ ਬਹੁਤ ਤਾਂ ਬੱਚੇ ਹੀ ਹੈ। ਪਰ ਹਮ ਲੋਕ ਦੇ ਕੇ ਜਾਤੇ ਦਿਨੋ ਦਿਨ ਸਾਲ ਵੀ ਡਿਮਾਂਡ ਬੜ ਰਹਾ ਹੈ, ਡਿਮਾਂਡ ਬੜਤੀ ਹੈ। ਪਿਛਲੇ ਤੋਂ 2000 ਲਿਖਿਆ ਹੈ, ਪਹਿਲੇ ਪਿਛਲੇ ਸਾਲ 1800 ਹੈ, ਮਤਲਬ ਬੜ ਰਹਾ ਹੈ। ਉਹ ਬਿਲਕੁਲ ਇਹਨਾਂ ਨੇ ਕਿਹਾ ਕਿ ਦਿਨੋ ਦਿਨ ਹਰ ਸਾਲ ਇਸ ਘੜੇ ਦੀ ਡਿਮਾਂਡ ਵੱਧਦੀ ਹੈ। ਤਸਵੀਰਾਂ ਦੇਖ ਰਹੇ ਹੋ ਕਿ ਛੋਟੇ ਤੋਂ ਛੋਟਾ ਔਰ ਬੜੇ ਤੋਂ ਬੜਾ ਇਹ ਮਿੱਟੀ ਦਾ ਜਿਹੜਾ ਭਾਂਡਾ ਹੈ, ਕਹਿੰਦੇ ਜੇ ਇਸ ਭਾਂਡੇ ਦੇ ਨਾਲ ਪਾਣੀ ਪੀਓ ਤਾਂ ਇਹਨੂੰ ਪੇਟ ਦੀਆਂ ਬਿਮਾਰੀਆਂ ਘੱਟ ਲੱਗਦੀਆਂ। ਤੋ ਗਰਮੀ ਦਾ ਤਿਉਹਾਰ ਹੈ, ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਇਹੋ ਜਿਹੇ ਮਿੱਟੀ ਦੇ ਭਾਂਡੇ ਵਰਤ ਸਕਦੇ ਹੋ। ਪਟਿਆਲਾ ਤੋਂ ਵਿਸ਼ੇਸ਼ ਰਿਪੋਰਟ ਦੇ ਨਾਲ ਚਰਨਜੀਤ ਜੋਸ਼ੀ।